सरहदी पिंड टल दा ए परिवार पानी दी बूंद बूंद नू तरस रहा है। दरअसल परिवार दी मुश्किल ए है कि परिवार दा मुखी बूटा सिंह जो कि 3 साल पहला किसी भयानक बीमारी दा शिकार होके स्वर्ग सिधार गया सी। परिवार वालों काफी पैसे लगा के उसनू बचाउण दी कोशिश कीती गई पर अपने बच्चा नू सदा लई छड्ड गया। हुण परिवार विच सिर्फ बच्चे दी मां अते बच्चे ही रहंदे हन, जिन्हां ने प्रेस नाल गलबात करन दौरान दस्या कि उन्हां कोल पानी दा वी कोई साधन नहीं है अते ओह किसे दे घर तों पानी लिया के गुजारा करदे हन अते उन्हां दा परिवार दा गुजारा वी बड़ी मुश्किल नाल चलदा है। मृतक बूटा सिंह दी पत्नी कुलदीप कौर ने दस्या कि ओह 2-4 घरां दा काम करके बच्चा जोगा 2 वक्त दा रोटी पानी दा जुगाड़ बहुत मुश्किल नाल करदी है। उसने समूह समाज सेवी अते NRI ਭਰਾਵਾਂ ਨੂੰ ਅਤੇ ਹੋਰ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਘਰ ਵਿੱਚ ਪਾਣੀ ਦਾ ਕੋਈ ਵਸੀਲਾ ਕਰਕੇ ਦਿੱਤਾ ਜਾਵੇ ਅਤੇ 2 ਵਕਤ ਦੀ ਰੋਟੀ ਦੀ ਸੇਵਾ ਦੀ ਵੀ ਕੋਈ ਸੰਸਥਾ ਕਰੇ ਤਾਂ ਜੋ ਆਪਣੇ ਛੋਟੇ ਬੱਚਿਆਂ ਨੂੰ ਪਾਲ ਸਕੇ। ਕੀ ਨਾਂ ਜੀ? ਕੁਲਦੀਪ ਕਰ। ਕਿਹੜਾ ਪਿੰਡ ਹੈ? ਡਲ। ਕੀ ਮੁਸ਼ਕਲ ਹੈ? ਮੁਸ਼ਕਲ ਸਾਨੂੰ ਪਾਣੀ ਦੀ ਹੈ ਜੀ। ਤੇ ਪਾਣੀ ਇਹਦੇ ਪਾਪਾ ਦੀ ਡੈਥ ਹੋਈ ਆ। ਕਿੰਨਾ ਚਿਰ ਹੋ ਗਿਆ? ਉਹਨੂੰ 3 ਸਾਲ ਲੱਗ ਗਿਆ। ਤੇ ਘਰ ਦੇ ਵਿੱਚ ਹੋਰ ਕੌਣ ਕੌਣ? ਕਮਾਈ ਵਾਲਾ ਕੋਈ ਨਹੀਂ ਹੈਗਾ, ਵੀ ਇਹ ਬੱਚੇ ਛੋਟੇ ਛੋਟੇ ਆ ਤੇ ਪਾਣੀ ਦੀ ਸਾਨੂੰ ਬਹੁਤ ਮੁਸ਼ਕਲ ਆ। ਅਸੀਂ ਬੜੀ ਦੂਰੋਂ ਪਾਣੀ ਲਿਆਉਂਦੇ ਹਾਂ ਤੇ ਸਾਡਾ ਪਾਣੀ ਦਾ ਸਾਧਨ ਨਹੀਂ ਹੈਗਾ ਕੋਈ ਵੀ। ਕਿੰਨੇ ਬੱਚੇ ਤੁਹਾਡੇ? 3 ਬੱਚੇ, 2 ਗੁੱਡੀਆਂ, 1 ਕਾਕਾ ਹੈ। ਕਿੰਨੇ ਛੋਟੇ ਆ ਕਿ ਕਿੰਨੀ ਉਮਰ? ਛੋਟੇ ਛੋਟੇ ਬੱਚੇ ਆ, 1 ਕਾਕਾ 10 ਸਾਲਾਂ ਦਾ ਹੈ, ਗੁੱਡੀ 11 ਸਾਲਾਂ ਦੀ ਹੈ। ਤੇ ਘਰ ਦਾ ਜਿਹੜਾ ਗੁਜ਼ਾਰਾ ਕਿਵੇਂ ਚੱਲਦਾ? ਗੁਜ਼ਾਰਾ ਇਸ ਤਰ੍ਹਾਂ ਕੰਮ ਕੁੰਮ ਦਿਹਾੜੀ ਦਾ ਆਪਾਂ ਕਰੀਦਾ ਹੈ ਤੇ ਗੁਜ਼ਾਰਾ ਆਪਦਾ ਕਰੀਦਾ ਵਾ। ਪਰਿਵਾਰ ਦੇ ਵਿੱਚ ਕਮਾਉਣ ਵਾਲਾ ਕੋਈ ਨਹੀਂ ਹੈਗਾ? ਨਹੀਂ, ਕੋਈ ਨਹੀਂ ਕਮਾਉਣ ਵਾਲਾ ਕੋਈ ਨਹੀਂ ਹੈਗਾ ਵੀ। ਛੋਟੇ ਬੱਚੇ ਛੋਟੇ ਆ, ਬੱਚਿਆਂ ਨੂੰ ਪਾਉਣ ਨੂੰ ਵੀ ਮੰਗਦੇ ਆ, ਖਾਣ ਨੂੰ ਵੀ ਮੰਗਦੇ ਆ। ਤੇ ਕੋਈ ਸਮਾਜ ਸੇਵੀ ਸੰਸਥਾ ਤੁਹਾਡੀ ਕੋਈ ਜਾਂ ਕੋਈ ਪੈਨਸ਼ਨ ਲਾਈ ਹੋਵੇ ਜਾਂ ਕੋਈ ਪੈਨਸ਼ਨ? ਜਿਹੜੀ ਆ ਛੋਟੀ ਵਿਧਵਾ 'ਚ ਲੱਗੀ, ਉਹ ਹੀ ਪੈਨਸ਼ਨ ਲੱਗੀ ਆ। 2 ਬੱਚਿਆਂ ਦੀ ਲੱਗੀ, 1 ਮੇਰੀ ਲੱਗੀ ਆ। ਉਹਦੇ ਨਾਲ ਘਰ ਦਾ ਗੁਜ਼ਾਰਾ ਹੋ ਜਾਂਦਾ? ਨਹੀਂ, ਗੁਜ਼ਾਰਾ ਨਹੀਂ ਉਹਦੇ ਨਾਲ ਹੁੰਦਾ ਸਾਡਾ। ਇਹ ਤਾਂ ਚੱਲ ਥੋੜ੍ਹਾ ਬਹੁਤਾ ਸੌਦਾ ਪਤਾ ਲਾਇਆ ਜੀ ਦਾ, ਪਰ ਬਾਕੀ ਜਿਹੜਾ ਪਿੰਡ ਦਾ ਕੰਮ ਕਰੀਦਾ, ਦਿਹਾੜੀ ਦਾ ਆਪਾਂ ਕਰ ਰਹੇ ਤਾਂ ਤੁਹਾਨੂੰ ਪਤਾ ਹੀ ਉਹਦੇ ਨਾਲ ਨਹੀਂ ਪਾਣੀ ਦਾ ਸਾਧਨ ਸਾਡਾ ਵੀ ਚੱਲਿਆ ਅਤੇ ਪਾਣੀ ਬੜੀ ਦੂਰੋਂ ਲਿਆਉਂਦੇ ਹਾਂ ਅਤੇ ਫਿਰ ਜਾ ਕੇ ਕਿਤੇ ਬੱਚਿਆਂ ਨੂੰ ਪਾਣੀ ਲਿਆ ਕੇ ਅਤੇ ਨਵਾਈ ਧਵਾਈ ਦਾ, ਨਹੀਂ ਤਾਂ ਵਿਚਾਰੇ ਬੈਠੇ ਰਹਿੰਦੇ ਆ। ਅਤੇ ਕੋਈ ਸੌਦਾ ਪਤਾ ਮਿਲਦਾ ਤੁਹਾਨੂੰ ਕੋਈ ਪ੍ਰਾਈਵੇਟ ਜਾਂ? ਨਹੀਂ ਨਹੀਂ, ਹੁਣ ਨਹੀਂ ਸਾਨੂੰ ਕੋਈ ਵੀ ਸੌਦਾ ਮਿਲਦਾ, ਕੋਈ ਨਹੀਂ ਕਿਤਿਓਂ ਵੀ ਸੌਦਾ ਮਿਲਿਆ। ਕੀ ਮੰਗ ਕਰਦੇ ਤੁਸੀਂ? ਅਸੀਂ ਪਾਣੀ ਦੀ ਮੰਗ ਕਰਦੇ ਹਾਂ ਵੀ ਸਾਨੂੰ ਪਾਣੀ ਕਿਤੇ ਪਾਣੀ ਦਾ ਸਾਧਨ ਸਾਡਾ ਬਣ ਜਾਏ। ਬੱਚੇ ਛੋਟੇ ਆ ਅਤੇ ਬੱਚੇ ਆਪਣੇ ਸਿਰ ਸਿਰ ਮੈਂ ਨਹੀਂ ਪਾਣੀ ਦਾ ਸਾਧਨ ਕਰ ਸਕਦੀ ਅਤੇ ਸਾਨੂੰ ਪਾਣੀ ਦਾ ਸਾਧਨ ਹੋ ਜਾਵੇ ਕਿਤੇ। ਪ੍ਰਾਈਮ ਮੁਦੇਲੀ ਭਿੱਖੀਵਿੰਡ ਤੋਂ ਸੁਰਿੰਦਰ ਸਿੰਘ ਦੀ ਰਿਪੋਰਟ।